ਆ ਮੈਨੂੰ ਨਾ ਗੱਲ ਦੱਸ, ਆ ਖੜੀ ਆ ਕਣਕ ਵੀ ਆ ਸਾਰੇ ਲੋਕਾਂ ਨੇ ਅੱਗ ਲਾਤੀ, ਤੂੜੀਆਂ ਤਾਂ ਕਰਨੀਆਂ ਹੀ ਕਰਨੀਆਂ, ਆ ਕੈਰਾ ਖੜਾ ਬਾਈ, ਕਿਵੇਂ ਖੜਾ, ਕਿਹਦਾ ਖੜਾ? ਇਹ ਗੱਲ ਜੀ, ਸਾਡੀ ਤਾਂ ਕਣਕ ਖੜੀ ਆ, ਠੀਕ ਆ, ਥੋਡੀ ਆ, ਲੋਕਾਂ ਨੇ ਸਾਡੀ, ਹਾਂ ਲੋਕਾਂ ਨੇ ਲਵੇ ਅੱਗ ਲਾਤੀ ਜਮਾ, ਅੱਜ ਅਸੀਂ ਮੋਟਰ ਚਲਾ ਬਹੁਤ ਢੰਗ ਨਾਲ, ਹਾਂ ਹਾਂ ਅੱਛਾ ਬਸ ਉਰੇ ਆ ਗਈ ਤੇ ਜਮਾ ਜਮਾ ਫੈਸਲਾ ਰਹਿ ਗਿਆ ਤੇ 5 ਫੁੱਟ ਦਾ, 5 ਫੁੱਟ ਇਹ ਕਿਵੇਂ ਬਚਾਈ? ਇਹ ਬਚਾਈ ਮੋਟਰ ਚਲਾਈ। ਓਹੋ ਇਹ ਸੋਚਿਆ ਨੀ ਤੁਹਾਡੇ ਬਾਰੇ ਫਿਰ ਅਸੀਂ ਵੀ ਤੁਹਾਡੀ ਕਣਕ ਨੂੰ ਅੱਗ ਲੱਗ ਜੂ, ਮੈਨੂੰ ਆਹ ਕਿਆਰਾ ਬਾਈ ਦੇਖ ਲਓ, ਇੰਨਾ ਗਰੀਬ ਬੰਦਾ ਗਾ ਕਿਆਰੇ ਦੇ ਸਿਰ ਤੇ 6 ਮਹੀਨੇ ਲੰਘਾਉਣੇ ਆ, ਲੋਕਾਂ ਨੇ ਇਹ ਵੀ ਮਚਾਤਾ ਸੀ 50 ਬੱਕਰੀਆਂ ਨੇ, ਬਾਕੀ ਆਹ ਬੱਕਰੀਆਂ ਫਿਰਦੀਆਂ, ਬੱਕਰੀਆਂ ਦਾ ਚਲੋ ਕੰਮ ਅੱਡਾ, ਪਰ ਵੀ ਲੋਕ ਇੰਨਾ ਵੀ ਨੀ ਸੋਚਦੇ ਵੀ ਗਰੀਬ ਬੰਦੇ ਦਾ ਇੰਨਾ ਮੱਚ ਜਾਣਾ ਸੀ। ਮਚਾਉਂਦੇ ਸੀ ਨਾ, ਮਚਾਉਂਦੇ ਸੀ ਬਸ ਮੈਂ ਆ ਗਿਆ, ਫੋਨ ਕਰਤਾ ਸੀ ਤੈਨੂੰ ਟਾਈਮ ਤੇ ਵੀ ਅਸੀਂ ਅੱਗ ਲਾਉਣੇ ਆ ਬਾਈ, ਆਪ ਹੀ ਪਤਾ ਲੱਗ ਗਿਆ ਸੀ ਵੀ ਅੱਗ ਲੱਗੀ। ਅੱਛਾ ਫੋਨ ਨਹੀਂ ਕਰਿਆ? ਮੈਂ ਬੱਕਰੀਆਂ ਚਾਰਦੇ ਦੇਖ, ਤੇ ਆਪ ਕਿੱਥੇ ਫਿਰਦੇ ਸੀ? ਮੈਂ ਬੱਕਰੀਆਂ ਚਾਰੀ ਜਾਂਦਾ ਸੀ। ਨਹੀਂ ਨਹੀਂ ਉਹ ਬੰਦੇ ਅੱਗ ਲਾ ਕੇ ਕਿੱਧਰ ਭੱਗੇ ਸੀ? ਉਹਦਾ ਘਰ ਨੂੰ ਭੱਗਿਆ ਅਗਲਾ। ਇੰਨਾ ਲੋਕਾਂ ਚ ਬਈ ਆਹ ਹਾਲਾਤ ਨੇ ਲੋਕਾਂ ਦੇ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਇਹ ਲੋਕਾਂ ਦੀ ਕਰਤੂਤ ਸਾਰੀ ਪਤਾ ਲੱਗੇ ਵੀ ਲੋਕ ਕਿਸੇ ਗਰੀਬ ਬੰਦੇ ਨਾਲ ਯਾਰ ਕਿੰਨਾ ਕਿੰਨਾ ਧੱਕਾ ਕਰ ਜਾਂਦੇ ਆ। ਆ ਇੱਕ ਕਿਆਰਾ ਵੀ ਨਹੀਂ ਛੱਡਿਆ ਸੀ, ਮਚਾਤਾ ਸੀਗਾ ਮਸਾਂ, ਇਹਨੇ ਬੰਦਾ ਇਹਨਾਂ ਤੋਂ ਪਾਣੀ ਲੈਂਦਾ, ਪਾਣੀ ਕਿਵੇਂ ਮਿਲਦਾ, ਬਹੁਤ ਔਖਾ ਮਿਲਦਾ ਪਾਣੀ, ਬੜਾ ਔਖਾ ਹਨਾ, ਕਾਹਤੇ ਪਾਲ ਲੈਣਾ ਇਹ? ਇਹ ਮੈਂ ਪਾਲ ਲੈਣਾ ਇੱਥੇ ਕੰਮ ਧੰਦਾ ਕਰਾ ਦੇਣਾ ਮੈਂ। ਓਹੋ ਆਹ ਹਾਲ ਨੇ ਭਾਈ ਲੋਕਾਂ ਦੇ, ਫੇਰ ਵੀ ਅੱਗ ਲਾਤੀ ਦੇਖ ਲਓ।